ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੰਮੂ ਤੋਂ ਹੁਣ ਸਿੱਧੀ ਹੈਲੀਕਾਪਟਰ ਦੀ ਸੇਵਾ ਪਵਿੱਤਰ ਗੁਫਾ ਤੱਕ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਅੱਜ ਤੋਂ ਇਹ ਸੇਵਾ ਸ਼ੁਰੂ ਹੋਈ ਹੈ। 2 ਹੈਲੀਕਾਪਟਰਾਂ ਨੇ 9 ਸ਼ਰਧਾਲੂਆਂ ਦੇ ਨਾਲ ਇਹ ਪਹਿਲੀ ਆਪਣੀ ਉਡਾਣ ਭਰੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਸਿੱਧਾ ਜੰਮੂ ਏਅਰਪੋਰਟ ਤੋਂ ਹੀ ਹੈਲੀਕਾਪਟਰ ਸੇਵਾਵਾਂ ਦਾ ਲਾਭ ਲਿਆ ਜਾ ਸਕੇਗਾ। ਸਿੱਧਾ ਪਵਿੱਤਰ ਗੁਫਾ ਤੱਕ ਹੁਣ ਪਹੁੰਚਿਆ ਜਾ ਸਕੇਗਾ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਸ਼ਰਧਾਲੂਆਂ ਨੂੰ ਜੰਮੂ ਏਅਰਪੋਰਟ ਜਾਂ ਫਿਰ ਸਟੇਸ਼ਨ 'ਤੇ ਜਾਣਾ ਪੈਂਦਾ ਸੀ, ਫਿਰ ਕਟੜੇ ਜਾਣਾ ਪੈਂਦਾ ਸੀ ਅਤੇ ਫਿਰ ਕਟੜੇ ਤੋਂ ਉੱਥੋਂ ਦੀ ਜੋ ਹੈਲੀਕਾਪਟਰ ਸੇਵਾਵਾਂ ਲੈਣੀਆਂ ਪੈਂਦੀਆਂ ਸੀ, ਜੋ ਕਿ ਸਾਂਝੀ ਛੱਤ ਤੱਕ ਹੁੰਦੀਆਂ ਸੀ। ਪਰ ਹੁਣ ਇਹ ਇੱਕ ਵੱਡੀ ਸਹੂਲਤ ਜੋ ਹੈ ਸ਼ਰਧਾਲੂਆਂ ਨੂੰ ਦਿੱਤੀ ਗਈ ਹੈ, ਜਿਸਦੇ ਵਿੱਚ ਕਿਹਾ ਗਿਆ ਕਿ ਜੰਮੂ ਏਅਰਪੋਰਟ ਤੋਂ ਇਹ ਸੇਵਾ ਸ਼ੁਰੂ ਹੋਵੇਗੀ ਅਤੇ ਮਹਿਜ 15 ਮਿੰਟ ਦੇ ਵਿੱਚ ਮੰਦਰ ਤੱਕ ਪਹੁੰਚਿਆ ਜਾ ਸਕੇਗਾ। ਹਾਲਾਂਕਿ ਜੇਕਰ ਇਸਦੇ ਨਿਰਧਾਰਿਤ ਕਿਰਾਏ ਦੀ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਇੱਕ ਦਿਨ 'ਚ ਜੋ ਵਾਪਸੀ ਦਾ ਪੈਕੇਜ ਹੋਵੇਗਾ ਉਹ 35,000 ਰੁਪਏ ਨਿਸ਼ਚਿਤ ਕੀਤਾ ਗਿਆ ਪ੍ਰਤੀ ਸ਼ਰਧਾਲੂ, ਅਤੇ ਦੂਜੇ ਦਿਨ ਵਾਪਸੀ ਦਾ ਪੈਕੇਜ ਹੋਵੇਗਾ 60,000 ਰੁਪਏ। ਯਾਨੀ ਕਿ ਜੇਕਰ ਤੁਸੀਂ ਅੱਜ ਜਾਣਾ ਚਾਹੁੰਦੇ ਹੋ ਤਾਂ ਕੱਲ੍ਹ ਵਾਪਸੀ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਪ੍ਰਤੀ ਸ਼ਰਧਾਲੂ 60,000 ਰੁਪਏ ਦੇਣੇ ਪੈਣਗੇ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਟੜਾ ਤੋਂ ਜਦੋਂ ਹੈਲੀਕਾਪਟਰ ਸੇਵਾਵਾਂ ਸ਼ੁਰੂ ਹੁੰਦੀਆਂ ਸੀ ਤਾਂ ਉਹਦੇ ਲਈ ਇੱਕ ਪ੍ਰਤੀ ਸ਼ਰਧਾਲੂ ਕਿਹਾ ਜਾ ਸਕਦਾ ਹੈ ਕਿ 2100 ਰੁਪਏ ਦੇਣੇ ਪੈਂਦੇ ਸੀ। ਜੇ ਵਾਪਸੀ ਕਰਨੀ ਹੈ ਤਾਂ ਉਸਦੇ 2100 ਰੁਪਏ ਅਲੱਗ, ਯਾਨੀ ਕਿ ਅਪ ਐਂਡ ਡਾਊਨ ਦੇ 4200 ਰੁਪਏ ਦੇਣੇ ਪੈਂਦੇ ਸੀ। ਅਤੇ ਇਸੇ ਤਰ੍ਹਾਂ ਹੁਣ ਜੇਕਰ ਤੁਸੀਂ ਇਸ ਦੇ ਵਿੱਚ ਅਪ ਐਂਡ ਡਾਊਨ ਕਰਨਾ ਤਾਂ ਜੰਮੂ ਏਅਰਪੋਰਟ ਤੋਂ ਇਹ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਹੈਲੀਕਾਪਟਰ ਦੀਆਂ, ਅਤੇ 35,000 ਰੁਪਏ ਦੇ ਵਿੱਚ ਇੱਕ ਦਿਨ 'ਚ ਅਪ ਡਾਊਨ ਕੀਤਾ ਜਾ ਸਕੇਗਾ। ਯਾਨੀ ਕਿ ਹੁਣ ਤੁਸੀਂ ਇੱਕ ਦਿਨ ਦੇ ਵਿੱਚ ਮਾਤਾ ਦੇ ਦਰਸ਼ਨ ਕਰ ਵਾਪਸ ਆ ਸਕਦੇ ਹੋ। ਜੇਕਰ ਤੁਸੀਂ ਇੱਕ ਦਿਨ ਜਾ ਕੇ ਅਗਲੇ ਦਿਨ ਵਾਪਸ ਆਉਣਾ ਤਾਂ ਉਸਦੇ ਲਈ ਪ੍ਰਤੀ ਸ਼ਰਧਾਲੂ 60,000 ਰੁਪਏ ਰੇਟ ਤੈਅ ਕੀਤਾ ਗਿਆ। ਯਾਨੀ ਕਿ ਹੁਣ ਤੁਸੀਂ ਜੰਮੂ ਏਅਰਪੋਰਟ ਤੋਂ ਸਿੱਧਾ ਹੀ ਪਵਿੱਤਰ ਗੁਫਾ ਤੱਕ ਜਾ ਸਕਦੇ ਹੋ। ਪਹਿਲਾਂ ਕਟੜਾ ਤੋਂ ਇਹ ਸਾਂਝੀ ਛੱਤ ਤੱਕ ਹੈਲੀਕਾਪਟਰ ਦੀਆਂ ਸੇਵਾਵਾਂ ਚੱਲਦੀਆਂ ਸਨ, ਅਤੇ ਉਸ ਸਮੇਂ ਜੋ ਕਟੜਾ ਤੋਂ ਸਾਂਝੀ ਛੱਤ ਤੱਕ ਦੀ ਕਿਰਾਇਆ ਸੀ ਉਹ 2100 ਰੁਪਏ ਪ੍ਰਤੀ ਸ਼ਰਧਾਲੂ ਹੁੰਦਾ ਸੀ। ਹਾਲਾਂਕਿ ਇਸ ਦੇ ਵਿੱਚ ਕਿਰਾਇਆ ਜੋ ਹੈ ਉਹ ਜ਼ਰੂਰ ਵਧਾਇਆ ਗਿਆ, ਪਰ ਕਿਤੇ ਨਾ ਕਿਤੇ ਇੱਕ ਸਹੂਲਤ ਵੀ ਭਗਤਾਂ ਨੂੰ ਜ਼ਰੂਰ ਦੇ ਦਿੱਤੀ ਗਈ ਹੈ। ਤਾਂ ਜੰਮੂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਰਾਹਤ ਭਰੀ ਖਬਰ ਹੈ। ਯਾਨੀ ਕਿ ਹੁਣ ਜੰਮੂ ਏਅਰਪੋਰਟ ਤੋਂ ਇਹ ਸੇਵਾਵਾਂ ਸ਼ੁਰੂ ਹੋ ਜਾਣਗੀਆਂ। माता वैष्णो देवी श्राइन बोर्ड की ओर से आज की जो पहली जम्मू पंछी यात्री सेवा से जो लोग हमारे पास पहुंचे हैं उन सभी के लिए बहुत बहुत बधाई और शुभकामनाएं। और जैसा कि आपने कहा कि बोर्ड की तरफ से हमेशा ही प्रयास रहता है कि यात्री सुविधाओं को और बेहतर किया जा सके, और बहुत से हमारे यात्री खास करके जो दूर के इलाकों से आते हैं या विदेश से आते हैं उनके के लिए समय की कमी होने की वजह से कई बार उनकी तरफ से ऐसा फीडबैक आया था कि जम्मू से भवन की डायरेक्ट हेली सेवा और जिसके अंदर दर्शन की सुविधा भी रहे, भैरव जी के दर्शन भी रहे और वापसी की सुविधा भी उसके अंदर इंक्लूडेड हो, ताकि कम से कम समय में वो माता रानी के दर्शन कर वापस लौट सके। उसी दिशा में माननीय अध्यक्ष महोदय की डायरेक्शंस पर हमने ये सेवा शुरू की है, और पहली जो हमारी कोशिश है पायलट बेसिस पर उसके अंदर हम 2 सॉर्टी सेम डे रिटर्न वाली, ताकि सुबह यात्री आकर शाम को वापस लौट सके, और दूसरे पैकेज जो नेक्स्ट डे रिटर्न वाला है जिसके अंदर वो SSVP जो हमारी श्रद्धा सुमन विशेष पूजन है उसकी सेवा का लाभ और भवन पर अकोमोडेशन का लाभ भी ले सकते हैं। सर, ऐसा है कि इस सुविधा के अंदर ही एक एडिशनल कंपोनेंट है कि जो शुरू की सुबह की सॉर्टी रहती है उसके अंदर कटरा या सरली हेलीपैड जिसको हम कहते हैं, सरली हेलीपैड से पंछी की सुविधा और लास्ट वाली जो सॉर्टी रहेगी उसमें पंछी से सरली की सुविधा, तो 2 सॉर्टीज दिन में यात्रियों के लिए इस स्पेशल सेक्टर पर अवेलेबल रहेंगी। और जैसे ही हमारी इस जम्मू भवन सेवा का रिस्पांस रहता है कुछ आगे आने वाले महीनों में,
उसके बेसिस पर हम बोर्ड से वापस अनुमति लेंगे कि किस तरीके से सेवा को आगे बढ़ाया जाए। सर देखिए, ऐसा जो हमारा पास्ट एक्सपीरियंस है और जो हमारे पायलट्स इस सेक्टर में फ्लाई करते हैं, उनका ये कहना है कि पंछी हेलीपैड, क्योंकि इसकी एलिवेशन कम है, सांझी छत हेलीपैड से तकरीबन 1-1.5 हज़ार फीट का फर्क है, तो उम्मीदन ऐसी उम्मीद है कि शायद जो क्लाउडी जो मौसम है वो शायद इसको कम प्रभावित करेगा। पर लेकिन जो आने वाले 2 महीने हैं वो हमारे लिए भी एक सीखने का एक मौका रहेगा, हम भी ज़्यादा समझ पाएंगे और हमारे जो ऑपरेटर्स हैं, हेली ऑपरेटर्स हैं, वो भी इस सेक्टर से ज़्यादा जागरूक हो पाएंगे और तभी हम इस चीज़ों को और ज़्यादा बेहतर SOP के अंदर रेगुलेट करें। सर देखिए, इसके अंदर 2 तरीके के जो हैं पैकेजेस हैं। सबसे पहले जो सेम डे रिटर्न है वो 35,000 का है, जिसके अंदर आने जाने की जो हेली टिकट है उसके अंदर हेलीपैड से भवन तक की बैटरी कार सेवा और उसके अलावा दर्शन प्रसाद और भैरव जी की रोपवे टिकट शामिल है। और जो नेक्स्ट डे रिटर्न सुविधा है वो 60,000 का पैकेज है, जिसके अंदर SSVP जो हमारी विशेष पूजा रहती है वो भी उसके अंदर सम्मिलित है। तो 2 किस्म के पैकेजेस हैं और कुल मिलाकर 25 लोग डेली इस सुविधा का लाभ ले सकते हैं।